ਅਕਸਰ ਹੀ ਦੇਖਿਆ ਜਾਂਦਾ ਹੈ ਕਿ ਗੁਰੂ ਸਾਹਿਬਾਨਾਂ ਦੇ ਨਾਵਾਂ ਤੇ ਬਣੀਆਂ ਮਾਰਕੀਟਾਂ ਵਿੱਚ ਮੀਟ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਗੁਰੂ ਸਾਹਿਬਾਨਾਂ ਦੇ ਪਵਿੱਤਰ ਨਾਵਾਂ ਦੀ ਬੇਅਦਬੀ ਹੁੰਦੀ ਹੈ। ਪਰ ਸ਼ਾਇਦ ਹੀ ਇਸ ਗੱਲ ਵੱਲ ਕਿਸੇ ਦਾ ਧਿਆਨ ਗਿਆ ਹੋਵੇ। ਪਰ ਅੱਜ ਖੰਨਾ ਵਿੱਚ ਇਸ ਕਾਰਵਾਈ ਖਿਲਾਫ ਆਵਾਜ਼ ਚੁੱਕੀ ਗਈ ਹੈ। ਇਹ ਆਵਾਜ਼ ਸਮਾਜ ਸੇਵੀ ਪੀ ਡੀ ਬਾਂਸਲ ਨੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖੰਨਾ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਬਣਾਈਆਂ ਗਈਆਂ ਮਾਰਕੀਟਾਂ ਗੁਰੂ ਅਮਰਦਾਸ ਮਾਰਕੀਟ ਤੇ ਗੁਰੂ ਤੇਗ ਬਹਾਦਰ ਮਾਰਕੀਟ ਵਿੱਚ ਮੀਟ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ, ਜਿਸ ਨਾਲ ਗੁਰੂ ਸਾਹਿਬਾਨਾਂ ਦੇ ਪਵਿੱਤਰ ਨਾਵਾਂ ਦੀ ਬੇਅਦਬੀ ਹੋ ਰਹੀ ਹੈ। ਉਨ੍ਹਾਂ ਮਾਰਕੀਟਾਂ ਵਿੱਚੋਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਧਰ ਮਾਮਲੇ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਉੱਬੀ ਨੇ ਕਿਹਾ ਹੈ ਕਿ ਇਸ ਸਬੰਧੀ ਪੀਪੀ ਐਕਟ ਤਹਿਤ ਕਾਰਵਾਈ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਖੰਨਾ ਸ਼ਹਿਰ ਦੇ ਵਿੱਚ ਦੋ ਮੁੱਖ ਮਾਰਕੀਟਾਂ ਹੈਗੀਆਂ, ਗੁਰੂ ਅਮਰਦਾਸ ਮਾਰਕੀਟ ਐਂਡ ਜੀ ਟੀ ਮਾਰਕੀਟ। ਗੁਰੂ ਅਮਰਦਾਸ ਮਾਰਕੀਟ ਜਿਹੜੀ ਹੈਗੀ ਹੈ ਸ਼ਹਿਰ ਦੀ ਮੁੱਖ ਬਿਜ਼ਨਸ ਹੱਬ ਹੈ, ਜਿੱਥੇ ਬਹੁਤ ਸਾਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਜਿਹੜੀ ਖਰੀਦਦਾਰੀ ਕਰਨ ਆਉਂਦੇ ਆ। ਅਤੇ ਡੀ ਟੀ ਮਾਰਕੀਟ ਜਿਸ ਨੂੰ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਮਾਰਕੀਟ ਕਹਿੰਦੇ ਹਾਂ, ਇਹ ਮਾਰਕੀਟ ਜਿਹੜੀ ਹੈਗੀ ਹੈ ਮੁੱਖ ਜਿਹੜੀ ਕੋਚਿੰਗ ਸੈਂਟਰ ਨੇ ਇਸ ਮਾਰਕੀਟ ਦੇ ਵਿੱਚ, ਜ਼ਿਆਦਾਤਰ ਲੜਕੇ ਲੜਕੀਆਂ ਦਾ ਇੱਥੇ ਆਉਣਾ ਜਾਣਾ ਹੈਗਾ। ਤਾਂ ਇਹ ਜਿਹੜੀਆਂ ਮਾਰਕੀਟਾਂ ਨੇ, ਇਹ ਦੋਨੋਂ ਮਾਰਕੀਟਾਂ ਗੁਰੂ ਸਾਹਿਬ ਦੇ ਸਤਿਕਾਰਯੋਗ ਨਾਮ ਦੇ ਉੱਤੇ ਇਹਨਾਂ ਦੇ ਨਾਮ ਰੱਖੇ ਹੋਏ ਨੇ, ਜੋ ਕਿ ਬਿਲਕੁਲ ਪਰਮ ਪਵਿੱਤਰ ਨਾਮ ਨੇ। ਲੇਕਿਨ ਇਹ ਮਾਰਕੀਟਾਂ ਦੇ ਵਿੱਚ ਬਣੀਆਂ ਗੁਰੂ ਸਾਹਿਬਾਨ ਦੇ ਨਾਮ ਦੇ ਉੱਤੇ ਨੇ, ਲੇਕਿਨ ਵਿੱਚ ਇਹਨਾਂ ਦੀ ਕੁਝ ਦੁਕਾਨਾਂ ਐਸੀਆਂ ਖੁੱਲ੍ਹੀਆਂ ਜੋ ਕਿ ਮੀਟ ਮਾਰਕੀਟ ਦੀਆਂ ਦੁਕਾਨਾਂ ਨੇ, ਮਾਸ ਵਿਕਦਾ, ਅਤੇ ਠੇਕੇ ਨੇ ਸ਼ਰਾਬ ਦੇ, ਜੋ ਬਿਲਕੁਲ ਹੀ ਇਤਰਾਜ਼ਯੋਗ ਹੈਗੇ ਆ। ਕਿਉਂਕਿ ਇੰਨੇ ਪਵਿੱਤਰ ਨਾਵਾਂ ਦੇ ਉੱਤੇ ਮਾਰਕੀਟ ਖੁੱਲ੍ਹੀ ਹੋਈ ਹੈ, ਵਿੱਚ ਸ਼ਰਾਬ ਵਿਕਦੀ ਹੈ ਅਤੇ ਮੀਟ ਵਿਕਦਾ, ਇਹ ਪਬਲਿਕ ਦੀਆਂ ਬਹੁਤ ਸਾਰੀਆਂ ਸਾਡੇ ਕੋਲ ਡਿਮਾਂਡ ਆਉਂਦੀ ਹੈ ਕਿ ਇਹ ਜਿਹੜੀਆਂ ਦੁਕਾਨਾਂ ਨੇ ਇੱਥੋਂ, ਇਹ ਸ਼ਰਾਬ ਦੇ ਠੇਕੇ ਨੇ, ਇੱਥੋਂ ਸ਼ਿਫਟ ਕੀਤੇ ਜਾਣੇ ਚਾਹੀਦੇ ਹੈ। ਵੈਸੇ ਤਾਂ ਮੇਰੇ ਖਿਆਲ ਦੇ ਵਿੱਚ ਪਬਲਿਕ ਪਲੇਸ ਦੇ ਵਿੱਚ ਕਿਤੇ ਵੀ ਇਹ ਨਹੀਂ ਹੋਣੇ ਚਾਹੀਦੇ, ਪਰ ਇਹ ਦੋ ਮਾਰਕੀਟਾਂ ਦਾ ਵਿਸ਼ੇਸ਼ ਹੈਗੀਆਂ ਕਿਉਂਕਿ ਇਹਨਾਂ ਦਾ ਨਾਮ ਬੜਾ ਸਤਿਕਾਰਯੋਗ ਹੈ। ਤਾਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਹੈ ਕਿ ਇਹਨਾਂ ਜਿਹੜੀ ਠੇਕੇ ਨੇ ਸ਼ਰਾਬ ਦੇ ਅਤੇ ਮੀਟ ਦੀਆਂ ਦੁਕਾਨਾਂ ਨੇ, ਇਹ ਜਲਦੀ ਤੋਂ ਜਲਦੀ ਇੱਥੋਂ ਸ਼ਿਫਟ ਕੀਤੀਆਂ ਜਾਣੀ ਚਾਹੀਦੀਆਂ, ਕਿਉਂਕਿ ਇੱਥੇ ਬੱਚੇ, ਔਰਤਾਂ, ਲੜਕੀਆਂ, ਲੜਕੇ ਸਾਰੇ ਆਉਂਦੇ ਆ। ਅਤੇ ਠੇਕਿਆਂ ਦੇ ਉੱਤੇ ਜਿਹੜੇ ਭੱਦੇ ਪੋਸਟਰ ਲੱਗੇ ਹੋਏ ਆ, ਜਿਹੜੇ ਕਿ ਬਚਪਨ ਨੂੰ ਭਵਿੱਖ ਨੂੰ ਇਹ ਗੰਧਲਾ ਕਰਦੇ ਪਏ ਆ, ਤਾਂ ਸਾਡੀ ਪ੍ਰਸ਼ਾਸਨ ਤੋਂ ਪੁਰਜੋ ਡਿਮਾਂਡ ਹੈ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਇੱਥੋਂ ਸ਼ਿਫਟ ਕੀਤਾ ਜਾਣਾ ਚਾਹੀਦਾ। ਅਸੀਂ ਗੁਰੂ ਅਮਰਦਾਸ ਮਾਰਕੀਟ ਤੋਂ ਕਿਹੜਾ ਠੇਕਾ, ਮੇਰੀ ਤਾਂ ਕੋਈ ਨੌਲੇਜ ਨਹੀਂ ਹੈ। ਜਿਹੜਾ ਜਿਹੜੀ ਗੁਰੂ ਅਮਰਦਾਸ ਮਾਰਕੀਟ ਦਾ ਕੰਟਰੋਲ ਆ ਇੰਪਰੂਵਮੈਂਟ ਟਰੱਸਟ ਨਗਰ ਕੌਂਸਲ ਕੋਲੋਂ, ਇਸ ਬਾਰੇ ਨਹੀਂ ਅਸੀਂ ਤਾਂ ਇਕੱਲੀ ਇਹਦੇ ਉਹ ਦੇਖ ਰੱਖ ਸੰਭਾਲ ਸੰਭਾਲ ਹੀ ਕਰਦੇ ਹਾਂ। ਜੋ ਵੀ ਹੈ ਇਹਨਾਂ ਨੇ ਨਕਸ਼ਾ ਪਾਸ ਕਰਨਾ, ਜੋ ਕੋਈ ਪਲੈਨਿੰਗ ਕਰਨੀ ਹੈ ਤਾਂ ਨਗਰ ਸੁਧਾਰ ਟਰੱਸਟੀ ਵੱਲੋਂ ਕੀਤੀ ਜਾਂਦੀ ਹੈ। ਖੰਨਾ ਤੋਂ ਚਰਨਜੀਤ ਸਿੰਘ ਪੱਟੀ, ਖਬਰ ਹਰਪਲ, ਇੰਡੀਆ ਲਈ।